ਬਹੁਤ ਵਧੀਆ ਧੁੱਪ ਨਿਕਲੀ ਹੋਈ ਆ ਅਤੇ ਸਾਡੀ ਜਿਹੜੀ ਪਹਿਲੀ ਯੂਟਿਊਬ ਵੀਡੀਓ ਆ ਤਿਆਰ ਹੋਣ ਜਾ ਰਹੀ ਆ। ਸੋ ਬੈਗ ਬੁੱਕ ਕਰ ਲਿਆ, ਪੈਕ ਆਪਾਂ, ਅਤੇ ਸਰੀ ਦਾ ਟ੍ਰਿਪ ਤੁਹਾਨੂੰ ਦਿਖਾਵਾਂਗੇ ਪੂਰਾ। ਸਰੀ ਜਾਣਾ, ਕੈਲਗਰੀ ਜਾਣਾ, ਦੇਖਦੇ ਹਾਂ, ਜਾਂ ਤਾਂ ਟੋਟਿਆਂ ਦੇ ਵਿੱਚ ਪਾਵਾਂਗੇ ਲਾਈਕ ਡਿਫਰੈਂਟ ਡਿਫਰੈਂਟ ਕਰਕੇ, ਅਤੇ ਜੇ ਛੋਟੀ ਵੀਡੀਓ ਬਣੀ ਤਾਂ ਫਿਰ ਇੱਕ 'ਚ ਹੀ ਪਾ ਦਾਂਗੇ। ਠੀਕ ਆ, ਸੋ ਯਾਰ ਲੈਟਸ ਗੋ ਗਾਈਸ। ਸਾਡੀ ਉਬਰ ਆ ਚੁੱਕੀ ਆ ਅਤੇ ਤੁਹਾਨੂੰ ਸਾਰੇ ਛੋਟੇ 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 ਸ਼ੋਰਟਸ ਦਿਖਾਵਾਂਗੇ। ਹੋਪ ਯੂ ਗਾਈਸ ਵਿਲ ਇੰਜੋਏ ਦ ਟ੍ਰਿਪ। ਸੋ ਯਾ, ਪਹੁੰਚ ਚੁੱਕੇ ਹਾਂ ਟੋਰੋਂਟੋ ਪੀਅਰਸਨ ਏਅਰਪੋਰਟ ਦੇ ਵਿੱਚ, ਅਤੇ ਬੋਰਡਿੰਗ ਟਿਕਟ ਲੈ ਲਈ ਆਪਣੀ। ਮੈਂ ਵੇਟਿੰਗ ਏਰੀਆ ਦੇ ਵਿੱਚ ਬੈਠਾ ਸੀਗਾ ਮੈਂ, ਫਿਰ ਮੈਂ ਸੋਚਿਆ ਕਿ ਥੋੜ੍ਹੀਆਂ ਡਰਿੰਕਾਂ ਪੀਤੀਆਂ ਜਾਣ। ਸੋ ਮੈਂ 2 ਡਰਿੰਕਾਂ ਪੀਤੀਆਂ, 3 ਪੀਤੀਆਂ ਸੀ ਵੈਸੇ, ਤੀਜੀ ਦੀ ਵੀਡੀਓ ਬਣੀ। ਪਹੁੰਚ ਚੁੱਕੇ ਹੁਣ ਸਰੀ। ਸੋ ਪਹੁੰਚ ਚੁੱਕੇ ਆਪਾਂ ਵੈਨਕੂਵਰ, ਅਤੇ ਫਲਾਈਟ ਬਹੁਤ ਲੰਬੀ ਸੀਗੀ, ਅਤੇ ਉਸ ਤੋਂ ਬਾਅਦ ਭਰਾ ਲੈਣ ਆਏ ਸੀਗੇ ਥੱਕ ਹਾਰ ਕੇ, ਮੈਂ ਸ਼ਾਵਰ ਲੈਣ ਲੱਗਾ ਸੀਗਾ ਫਿਰ ਉਸ ਤੋਂ ਬਾਅਦ, ਅਤੇ ਸੋ ਗਿਆ ਉਸ ਤੋਂ ਬਾਅਦ। ਸਵੇਰੇ ਉੱਠੇ ਹਾਂ ਅਤੇ ਰੈਡੀ ਸ਼ੈਡੀ ਹੋ ਕੇ ਰਹਿੰਦਾ ਮਾਲਵੇ ਦਾ ਜੱਟ ਨਹੀਂ, ਰੈਡੀ ਸ਼ੈਡੀ ਹੋ ਕੇ ਆਪਾਂ ਖਾਣ ਪੀਣ ਗਏ ਸੀਗੇ, ਅਤੇ ਇਹ ਸੈਂਡਵਿਚ ਬੜਾ ਹੀ ਜ਼ਿਆਦਾ ਟੇਸਟੀ ਸੀਗਾ, ਅਤੇ ਆ ਰੋਬੋਟ ਘੁੰਮਦੇ ਫਿਰਦੇ ਸੀ ਉੱਥੇ, ਸਰਵ ਕਰਦੇ ਪਏ ਸੀ ਫੂਡ, ਅਤੇ ਛੋਲੇ ਭਟੂਰੇ ਮੰਗਵਾਏ ਸੀ, ਨਾਨ ਮੰਗਵਾਏ ਸੀ, ਫਰਾਈਆਂ ਸੀਗੀਆਂ, ਬਹੁਤ ਕੁਛ ਸੀਗਾ। ਅਤੇ ਵਨ ਆਫ ਦਾ ਬੈਸਟ ਇਹ ਫੂਡ ਆਈਟਮਸ ਉੱਥੇ ਹੈਗੀਆਂ ਨੇ, ਅਤੇ ਰੈਸਟੋਰੈਂਟ ਨਾਮ ਨੂੰ ਯਾਦ ਭੁੱਲ ਗਿਆ, ਅਤੇ ਬਟ ਬੈਸਟ ਫੂਡ ਸੀਗਾ ਇਹਨਾਂ ਨੇ ਸਰਵ ਕੀਤਾ ਸੀਗਾ। ਸੋ ਇਹ ਬ੍ਰਿਜ ਜਿਹੜਾ ਬਣਿਆ ਹੋਇਆ, ਇਹ ਤੋਂ ਪੂਰਾ ਵੈਨਕੂਵਰ ਦਾ ਵਿਊ ਦਿਸਦਾ ਹੈ। ਮੇਰਾ ਵੱਡਾ ਭਾਈ ਅਜੇ ਸੋਲ ਨੇ ਦੱਸਿਆ ਸੀ ਕਿ ਇੱਥੋਂ ਵਿਊ ਪੂਰਾ ਦਿਸਣਾ ਹੈ, ਅਤੇ ਆਪਾਂ ਇਹਦੀ ਵਧੀਆ ਤਰ੍ਹਾਂ ਵੀਡੀਓ ਬਣਾਈ ਹੋਈ ਹੈ। ਠੀਕ ਹੈ, ਅਤੇ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ 'ਤੇ ਵਧੀਆ ਬਿਲਡਿੰਗਾਂ, ਅਤੇ ਉਸ ਤੋਂ ਬਾਅਦ ਪਹਾੜ, ਬਹੁਤ ਹੀ ਸੋਹਣਾ ਬੀਸੀ ਹੈ, ਅਤੇ ਇਹ ਆਪਣਾ ਡਾਊਨ ਟਾਊਨ ਮੇਨ ਜਿਹੜਾ ਹੈ, ਸਾਰਿਆਂ ਨੂੰ ਪਤਾ ਹੀ ਹੋਣਾ ਜਿਹੜੇ ਬੀਸੀ ਦੇ ਵਿੱਚ ਰਹਿੰਦੇ ਨੇ। ਠੀਕ ਹੈ, ਅਤੇ ਇੱਥੇ ਪਹੁੰਚ ਗਏ ਹਾਂ ਆਪਾਂ। ਸੋ ਡਾਊਨ ਟਾਊਨ ਦੇਖਿਆ, ਉਸ ਤੋਂ ਬਾਅਦ ਆਪਾਂ ਪਹੁੰਚ ਗਏ ਇੱਥੇ ਕੈਨੇਡਾ ਪਲੇਸ, ਅਤੇ ਇੱਥੇ ਆ ਸਮੁੰਦਰ ਦਾ ਵਿਊ ਹੈ, ਅਤੇ ਇੱਥੇ ਜਹਾਜ਼ ਉੱਡਣ ਵਾਲੇ ਚੱਲਦੇ ਨੇ, ਅਤੇ ਪਲੱਸ ਇਹ ਬਣਿਆ ਹੋਇਆ ਕਰੂਜ਼ ਟਾਈਪ। ਲਓ ਜੀ, ਅਤੇ ਤੁਹਾਨੂੰ ਪਹਿਲਾਂ ਇੰਟਰੋਡਿਊਸ ਕਰਾਈਏ ਆਪਣੇ ਵੱਡੇ ਭਰਾਵਾਂ ਨਾਲ, ਅਜੇ ਸੋਹਲ ਅਤੇ ਅਮਨ ਸੋਹਲ, ਅਤੇ ਘੁੰਮ ਰਹੇ ਹਾਂ ਸਰੀ, ਨਾਲ ਨਾਲ ਦਿਖਾਵਾਂਗੇ ਤੁਹਾਨੂੰ ਜੋ ਮਰਜ਼ੀ ਆ। ਉਸਤਾਦ ਮੈਂ ਇੱਥੇ ਕਹੀ ਜਾਂਦਾ, ਇੱਕ ਵਾਰੀ ਜਾਇਓ ਜ਼ਰੂਰ ਕੈਨੇਡਾ ਪਲੇਸ, ਇੰਨਾ ਕੁ ਜ਼ਿਆਦਾ ਵਧੀਆ ਐਕਸਪੀਰੀਅੰਸ ਹੁੰਦਾ ਆ, ਮਤਲਬ ਲਿਟਰਲੀ ਮੈਂ ਐਕਸਪਲੇਨ ਨਹੀਂ ਕਰ ਸਕਦਾ, ਕਿ ਉਹਨਾਂ ਨੇ ਸਾਨੂੰ ਵੀਡੀਓ ਨਹੀਂ ਬਣਾਉਣ ਦਿੱਤੀ ਸੀਗੀ, ਬਟ ਇੰਨਾ ਕੁ ਜ਼ਿਆਦਾ ਵਧੀਆ ਉਹਨਾਂ ਨੇ ਉੱਥੇ ਲਾਈਕ ਸਕਰੀਨ ਲਾਈ ਹੋਈ ਸੀਗੀ, ਸਾਨੂੰ ਇੱਦਾਂ ਰੀਅਲਿਸਟਿਕ ਵਿਊ ਹੋਇਆ ਸੀਗਾ। ਇੱਥੇ ਸਾਨੂੰ ਵੇਟਿੰਗ ਏਰੀਆ ਸੀਗਾ, ਫੋਟੋ ਸਾਡੀ ਖਿੱਚੀ ਉਹਨਾਂ ਨੇ, ਅਤੇ ਇੱਥੇ ਵੇਟ ਕੀਤੀ ਸੀ 15 ਮਿੰਟ, ਉਸ ਤੋਂ ਬਾਅਦ ਅਸੀਂ ਅੰਦਰ ਗਏ। ਠੀਕ ਹੈ, ਅਤੇ ਗੋਰੇ ਕਾਲੇ ਸਾਡੇ ਇੱਥੇ ਵੇਟ ਕਰਦੇ ਪਏ ਸੀਗੇ। ਠੀਕ ਹੈ, ਇਹ ਸਾਡੀ ਫੋਟੋ ਆ, ਆ ਅੰਦਰ ਲਿਟਰਲੀ ਮਤਲਬ ਇਹ ਕੁਛ ਨਹੀਂ ਆ, ਤੁਸੀਂ ਇੱਕ ਵਾਰੀ ਜਾਇਓ ਜ਼ਰੂਰ ਯਾਰ, ਸਿਰਾ ਬਾਬੇ, ਮਤਲਬ ਵਰਥ ਇਟ ਆ, ਮੈਂ ਲਿਟਰਲੀ ਕਹਿ ਰਿਹਾ, ਕੈਨੇਡਾ ਪਲੇਸ ਜਿਹਨੇ ਦੇਖੀ ਆ ਨਾ, ਸਿਰਾ ਚੀਜ਼ ਆ, ਸੱਚੀ ਕਹਿ ਰਿਹਾ। Thank you. Wow, that's good. No, shut it. ਪਾਣੀ ਦੇਖ ਦੇਖ ਕੇ ਉਹਦੀ ਮਨ ਭਰ ਗਿਆ। ਵਧੀਆ ਯਾਰ, ਬੜਾ ਵਧੀਆ ਐਕਸਪੀਰੀਅੰਸ ਸੀਗਾ ਫਲਾਈਓਵਰ। ਸੋ ਇੱਥੇ ਆਪਾਂ ਫਲਾਈਓਵਰ ਦੇ ਨਜ਼ਾਰੇ ਲੈ ਕੇ ਵਾਪਸ ਆ ਚੁੱਕੇ ਸੀਗੇ, ਅਤੇ ਆਹ ਦੋ ਜਿਹੜੇ ਬੰਦੇ ਸੀਗੇ ਸਾਡੇ ਵਰਗੇ ਬੰਦੇ, ਦਿਹਾੜੀਆਂ ਲਾ ਰਹੇ ਸੀਗੇ, ਆਪਣੇ ਘੰਟੇ ਪਾ ਰਹੇ ਸੀਗੇ, ਆਹ ਦੇਖੋ ਕਿੱਦਾਂ ਖੁਸ਼ ਹੋ ਰਿਹਾ ਇੱਧਰ ਲੱਗਾ ਹੋਇਆ, ਅਤੇ ਅਸੀਂ ਭੈਣ ਭਾਈ ਨਜ਼ਾਰੇ ਲੈ ਰਹੇ ਸੀਗੇ ਕੈਨੇਡਾ ਪਲੇਸ 'ਤੇ। ਅਤੇ ਅਸੀਂ ਸੋਚਿਆ ਵਿਸਲਰ ਜਾਈਏ, ਬਟ ਵਿਸਲਰ ਬੰਦ ਸੀਗਾ। ਸੋ ਕੈਨੇਡਾ ਪਲੇਸ ਅਸੀਂ ਦੇਖ ਚੁੱਕੇ ਹਾਂ, ਅਤੇ ਹੁਣ ਅਸੀਂ ਵੱਧ ਰਹੇ ਹਾਂ ਇੱਕ ਡੈਮ ਦੇਖਣ ਜਾ ਰਹੇ ਸੀਗੇ। ਕੀ ਮੂੰਹ ਦੇ ਅਜੇ ਵੀ ਉੱਪਰ ਡੈਗਦੀ ਲੱਗਦੀ ਆ। ਮੌਸਮ ਤਾਂ ਯਾਰ ਸਹੀ ਆ,
ਅਲਬਰਟਾ ਤਾਂ ਹੈਗਾ ਹੀ ਬੇਕਾਰ ਆ ਭਾਈ, ਮਾਰੋ ਮੁਝੇ, ਮਾਰੋ ਮਾਰੋ ਮੁਝੇ, ਮਾਰੋ ਮਾਰੋ। ਕੀ ਕਹਿਣਾ ਚਾਹੁੰਦੀ? Must visit Vancouver. Yeah, Vancouver is good. You are liking it somehow, you know. ਬਾਬੇ ਆ ਵਿਊ ਤਾਂ ਸਿਰਾ, ਵੈਸੇ ਇੱਥੇ ਖੜ ਕੇ ਆਰਾਮ ਨਾਲ ਕਾਫੀ ਕੂਫੀ ਪੀਣੀ ਹੋਵੇ ਨਾ, ਓਏ ਬ੍ਰੇਕ ਦੇ ਵਿੱਚ ਇੱਥੇ ਬ੍ਰੇਕ ਦੇ ਵਿੱਚ ਇੱਥੇ ਖੜ ਕੇ ਨਾ ਕਾਫੀ ਕੂਫੀ ਪੀਵੇ, ਓਏ ਕਿਆ ਫੀਲ ਹੈ। ਕਲਾਕਾਰ ਤਾਂ ਬਥੇਰੇ ਬੈਠੇ ਨੇ ਇੱਥੇ। ਅਮਨ ਜਾਵੇ ਯਾਰ, ਸੋਰੀ ਸਹੀ ਹੈ ਯਾਰ। ਸੋ ਇੱਥੋਂ ਆਪਾਂ ਇੱਕ ਬੀਚ 'ਤੇ ਜਾ ਰਹੇ ਹਾਂ, ਤੁਸੀਂ ਵਿਊ ਦੇਖ ਰਹੇ ਹੋ ਕਿੰਨੇ ਵਧੀਆ ਪੇੜ ਲੱਗੇ ਹੋਏ ਨੇ। ਬੀਚ 'ਤੇ ਪਹੁੰਚ ਚੁੱਕੇ ਹਾਂ ਆਪਾਂ, ਇਹ ਸਾਡੇ ਭੈਣ ਭਾਈ ਬੈਠੇ ਹੋਏ ਨੇ, ਬੈਠਾ ਮੈਂ ਮੌਨਸਟਰ ਪੀ ਰਿਹਾ ਸੀ ਮੈਂਗੋ ਫਲੇਵਰ, ਅਤੇ ਆਹ ਤੁਸੀਂ ਬੀਚ ਦੇਖ ਸਕਦੇ ਹਾਂ ਕਿੰਨੀ ਵਧੀਆ ਸੀ। ਇੱਥੇ ਮੇਰਾ ਮਾਈਕ ਬੰਦ ਹੋ ਗਿਆ ਸੀ ਸਮ ਹਾਓ, ਆਈ ਡੋਨਟ ਨੋ ਵਾਈ, ਅਤੇ ਤੁਸੀਂ ਦੇਖ ਸਕਦੇ ਬੀਚ ਵਧੀਆ ਸੀ, ਪਿੱਛੇ ਪਹਾੜ ਸੀਗੇ, ਅਤੇ ਇੱਥੇ ਆਪਾਂ ਕੈਕਟਸ ਕਲੱਬ ਬੈਠੇ ਸੀਗੇ, ਬਹੁਤ ਵਧੀਆ ਲੋਟਸ ਫਲਾਵਰਸ ਲੱਗੇ ਹੋਏ ਸੀ ਇੱਥੇ, ਅਤੇ ਮੇਰਾ ਭਾਈ ਅਮਨ ਤੁਰਿਆ ਜਾਂਦਾ ਹੈ, ਨਾਲ ਅਜੇ ਤੁਰਿਆ ਜਾਂਦਾ ਹੈ, ਠੀਕ ਹੈ। ਅਤੇ ਇੱਥੇ ਸਾਡੇ ਈ ਬਾਈਕਸ ਵੀ ਲੱਗੇ ਹੋਏ ਸੀਗੇ, ਤੁਸੀਂ ਉਹ ਲੈ ਸਕਦੇ ਸੀ, ਪੀਣ ਵਾਲਾ ਪਾਣੀ ਲੱਗਾ ਹੋਇਆ ਸੀ, ਵਧੀਆ ਧੁੱਪ ਚੜ੍ਹੀ ਹੋਈ ਸੀਗੀ, ਅਤੇ ਨਜ਼ਾਰੇ ਪੂਰੇ ਬੰਨ ਹੋਏ ਸੀਗੇ, ਅਤੇ ਤੁਸੀਂ ਬੀਚ ਦਾ ਨਜ਼ਾਰਾ ਦੇਖ ਸਕਦੇ ਹੋ ਮੇਰੇ ਯਾਰੋ। ਅਤੇ ਸਰੀ ਸੱਚੀ ਦੇ ਵਿੱਚ ਬੀਚ ਸੀ ਸੱਚੀ ਦੇ ਵਿੱਚ ਰੀਅਲੀ ਬਿਊਟੀਫੁੱਲ ਆ, ਤੁਸੀਂ ਇੱਥੇ ਮਤਲਬ ਵਿਊ ਤੁਸੀਂ ਆਪ ਚੈੱਕ ਕਰ ਸਕਦੇ ਹੋ, ਠੀਕ ਹੈ, ਮੈਂ ਆਪ ਮਤਲਬ ਲੇਮ ਨਹੀਂ ਕਰ ਰਿਹਾ, ਰਾਈਟ, ਦੇਖ ਸਕਦੇ ਹੋ ਕਿੰਨੀ ਹਰਿਆਲੀ ਆਲੇ ਦੁਆਲੇ। ਮਾਮਾ ਪਹਾੜੀ ਦੇ ਉੱਤੇ ਨਾ ਰੁਕ ਜੇ, ਧੱਕਾ ਵੀ ਲੱਗਣਾ ਚੱਜ ਨਾਲ ਫਿਰ। ਤੇ ਫਿਰ ਪਹਿਲਾ ਕੰਮ ਕਿਹੜਾ ਕੀਤਾ ਸੀ ਇੱਥੇ? ਦੇਖ ਲੈ ਚੱਕਣਾ ਤਾਂ ਲੈ ਲਾ ਵਾਟਰ ਕੂਲਰ ਨਾਲ। ਤੀਸਰੀ ਲੋਕੇਸ਼ਨ ਤੇ ਡੈਮ, ਅਮਨ ਕਿਹੜਾ ਡੈਮ ਸੀਗਾ? ਸਿਟੀ ਸਾਵਧਾਨ ਵਿਸ਼ਰਾਮ। ਡਰ ਵੀ ਜਲਦੀ ਜਾਂਦੇ, ਵਿਊ ਸਿਰਾ ਹੋਊਗਾ ਦੇਖੋ ਫਿਰ। ਅੱਛਾ ਵਾਕ ਹੈਗੀ ਆ ਹਜੇ, ਮੰਨ ਲਾ ਡੈਮ ਦਾ ਪਾਣੀ ਤਾਂ ਕਿਤੇ ਲੱਗਦਾ ਬੰਦ, ਤੇ ਫਿਰ ਆਹੀ ਲੋਕੇਸ਼ਨ ਦੇਖ ਕੇ ਜਾਵਾਂਗੇ ਵਾਪਸ। ਬੀਬੀ ਦਾ ਸਾਡੀ ਨੱਚਣ ਨੂੰ ਬੜੀ ਮਸ਼ਹੂਰ ਆ। ਅੱਛਾ ਮਤਲਬ ਹਾਈਕਿੰਗ ਇੱਥੋਂ ਸ਼ੁਰੂ ਹੁੰਦੀ ਨਾ? ਸਿਆਲਾਂ ਨੂੰ ਨਾ ਥੱਲੇ ਠੰਡ, ਗਏ ਤਾਂ ਹਾਂ ਗਰਮੀਆਂ ਨੂੰ ਥੱਲੇ ਠੰਡ ਲੱਗਣ ਲੱਗ। ਅੱਛਾ ਉਹ ਆ ਤਾਂ ਬਹੁਤ ਡੀਪ ਆ ਸਤਾਲ, ਤੂੰ ਦੇਖਣਾ ਨਹੀਂ ਹੁਣ ਕੰਮ ਜਾਣਾ ਮੰਗਦੇ ਆਪਾਂ ਉਧਰ ਫਿਰ ਜਾਣਾ ਆ। ਚੱਲ ਅਸੀਂ ਦੇਖ ਕੇ ਆਏ ਘਰ ਦੇ ਫੋਨ ਫਿਰ। ਸੋਈ ਨਾ ਵਸ ਉੱਤੇ ਹੁਣ ਪਹਿਲਾਂ ਹੋਰ ਫੋਨ ਵੀ ਚੱਕੇ
ਉਹ ਦੇਖਣ ਜਾਣਾ ਹੋਵੇ ਇੱਥੋਂ ਉਹ ਤਾਂ ਫਿਰ ਨੀਵੀ ਗੇਟ ਤੋਂ ਹੀ ਆ ਲੇਕ ਲੂਇਸ ਉਹ ਇਹਨਾਂ ਦੇ ਕੈਲਗਰੀ ਆ ਨਾ ਹਾਂ ਬਹੁਤਾ ਕਿ ਉਹ ਬੜੀ ਦੂਰ ਆ ਉੱਥੇ ਇੰਨਾ ਕੁ ਵਿਊ ਇਦਾਂ ਦਾ ਵਿਊ ਆ ਅੱਛਾ ਉਹ ਉਦਾਂ ਨਾਲ ਇੱਥੇ ਬੈਠ ਵੀ ਗਿਆ ਪਹਿਲਾਂ ਆਪਾਂ ਤਿੰਨ ਲੋਕੇਸ਼ਨਾਂ ਤੇ ਜਾ ਚੁੱਕੇ ਆ ਸੋ ਤਿੰਨਾਂ ਲੋਕੇਸ਼ਨਾਂ ਬਾਰੇ ਵੀਡੀਓ ਛੋੜੇ ਛੋੜੇ ਕੱਟ ਕੱਟ ਕੇ ਪਾਈਆਂ ਹੋਈਆਂ ਨੇ ਆਹ ਡੈਮ ਚੱਲਦਾ ਨਹੀਂ ਸੀਗਾ ਇੱਥੋਂ ਹੁਣ ਅਗਲਾ ਇੱਕ ਡੈਮ ਆ ਉੱਥੇ ਜਾ ਰਹੇ ਹਾਂ ਆਪਾਂ ਰਾਈਡ ਅਤੇ ਮਤਲਬ ਵਧੀਆ ਮਾਹੌਲ ਬਣਿਆ ਹੋਇਆ ਚਾਰ ਪੰਜ ਲੋਕੇਸ਼ਨਾਂ 'ਤੇ ਆਪਾਂ ਜਾ ਚੁੱਕੇ ਹਾਂ ਠੀਕ ਆ ਇੱਧਰ ਆਪਣੇ ਪਿੱਛੇ ਟੀਮ ਪੂਰੀ ਠੀਕ ਆ ਭੈਣਾਂ ਭਰਾਵਾਂ ਦੀ ਇੱਧਰ ਸਾਡੇ ਬੰਦੇ ਠੀਕ ਆ ਹੱਸਦੇ ਖੇਡਦੇ ਅਤੇ ਯਾਰ ਆਹ ਵਿਊ ਸੀਗਾ ਆਪਾਂ ਨੈਕਸਟ ਡੈਮ 'ਤੇ ਚੱਲੇ ਹਾਂ ਮੇ ਬੀ ਉਹ ਚੱਲਦਾ ਹੋਵੇ ਲੈਸੀ ਮਿਲਦੇ ਹਾਂ ਫਿਰ ਸੋ ਇੱਥੇ ਸਾਡੇ ਮਾਈਕ ਦੀ ਥੋੜ੍ਹੀ ਪ੍ਰੋਬਲਮ ਆ ਗਈ ਸੀ ਬਾਕੀ ਤੁਸੀਂ ਵਿਊ ਦੇਖ ਹੀ ਸਕਦੇ ਹੋ ਗੱਡੀ 'ਚ ਬੈਠੇ ਬੈਠੇ ਸ਼ੂਟ ਕੀਤਾ ਸੀ ਆਪਾਂ ਅਤੇ ਇੱਕ ਪਾਸੇ ਸਮੁੰਦਰ ਸੀ ਇੱਕ ਪਾਸੇ ਪਹਾੜ ਸੀਗੇ ਇੱਥੇ ਆਪਾਂ ਨੈਕਸਟ ਲੋਕੇਸ਼ਨ 'ਤੇ ਪਹੁੰਚ ਚੁੱਕੇ ਹਾਂ ਇੱਕ ਇੱਥੇ ਵੀ ਇੱਕ ਵੱਡਾ ਡੈਮ ਸੀਗਾ ਅਤੇ ਇੱਥੇ ਵਧੀਆ ਤਰ੍ਹਾਂ ਆਪਣੇ ਕਹਿ ਸਕਦੇ ਗ੍ਰੀਨਰੀ ਬਹੁਤ ਵਧੀਆ ਸੀ ਅਤੇ ਅਸੀਂ ਫੰਕਸ਼ਨ ਕਰਦੇ ਜਾ ਰਹੇ ਸੀ ਇੱਥੇ ਆਲੇ ਦੁਆਲੇ ਠੀਕ ਹੈ ਜੀ ਅਤੇ ਥੋੜ੍ਹੇ ਚਿਰ ਤੱਕ ਆਪਾਂ ਪਹੁੰਚ ਰਹੇ ਹਾਂ ਡੈਮ ਦੇ ਕੋਲ ਡੈਮ ਦੀ ਹੁਣੀ ਵੀਡੀਓ ਆਊਗੀ ਠੀਕ ਹੈ ਥੋੜ੍ਹੀ ਜਿਹੀ ਵੋਕ ਸੀਗੀ ਜ਼ਿਆਦਾ ਨਹੀਂ ਸੀ ਨਾਲ ਨਾਲ ਇੱਥੇ ਜਿਹੜੀ ਆਪਣੀ ਲੇਕ ਆ ਡੈਮ ਦਾ ਜਿਹੜਾ ਪਾਣੀ ਸੀਗਾ ਉਹ ਵਗ ਰਿਹਾ ਸੀਗਾ ਦੇਖ ਸਕਦੇ ਹੋ ਤੁਸੀਂ ਅਤੇ ਕਿੰਨਾ ਸੋਹਣਾ ਲੱਗ ਰਿਹਾ ਪੱਥਰਾਂ ਦੇ ਵਿੱਚ ਖੜ੍ਹੇ ਹੋ ਗਏ ਉੱਪਰ ਡੈਮ ਹੈ ਅਤੇ ਆਪਾਂ ਨੂੰ ਲੱਗ ਗਿਆ ਵੀ ਤੁਹਾਨੂੰ ਵਿਊ ਦਿਖਾਵਾਂਗੇ ਹੁਣੀ ਠੀਕ ਹੈ ਮਤਲਬ ਇੱਕ ਸਾਡਾ ਝਰਨਾ ਸੀਗਾ ਇਹ ਅਤੇ ਹੁਣੀ ਤੁਹਾਨੂੰ ਵਧੀਆ ਤਰ੍ਹਾਂ ਇੱਥੇ ਮੈਂ ਅਤੇ ਅਮਨ ਗੱਲਾਂ ਕਰ ਰਹੇ ਸੀਗੇ ਅਤੇ ਇੱਥੇ ਮੈਨੂੰ ਅਮਨ ਨੇ ਕਿਹਾ ਕਿ ਤੂੰ ਇੱਥੇ ਆਪਣੇ ਸਮੁੰਦਰ ਦੇ ਵਿੱਚ ਪੱਥਰ ਸਿੱਟ ਅਤੇ ਇੰਨੀ ਉੱਚਾਈ ਸੀਗੀ ਅਤੇ ਸਮੁੰਦਰ ਦੇ ਵਿੱਚ ਪੱਥਰ ਪਹੁੰਚੂਗਾ ਨਹੀਂ ਅਤੇ ਉਹੀ ਗੱਲ ਹੋਈ ਸਮੁੰਦਰ ਦੇ ਵਿੱਚ ਪੱਥਰ ਪਹੁੰਚ ਨਹੀਂ ਰਿਹਾ ਸੀ ਕਿਉਂਕਿ ਦੂਰੀ ਬਹੁਤ ਜ਼ਿਆਦਾ ਸੀਗੀ ਅਤੇ ਲਾਗੇ ਲੱਗ ਰਹੀ ਸੀ ਪਰ ਲਾਗੇ ਹੈ ਨਹੀਂ ਸੀਗਾ ਸੋ ਇਹ ਸੀ ਸਾਡਾ ਪਹਿਲਾ ਦਿਨ ਵੈਂਕੂਵਰ ਦੇ ਵਿੱਚ ਉਹ ਸੱਚ ਆਹ ਝਰਨਾ ਦਿਖਾਉਣਾ ਤਾਂ ਸਾਨੂੰ ਰਹਿ ਹੀ ਗਿਆ ਇਹ ਜਿਹੜਾ ਕੁਦਰਤ ਦਾ ਕ੍ਰਿਸ਼ਮਾ ਸੀਗਾ ਓ ਮਾਈ ਗਾਡ ਲਿਟਰਲੀ ਅੱਖਾਂ ਨੂੰ ਬਹੁਤ ਜ਼ਿਆਦਾ ਸਕੂਨ ਮਿਲ ਰਿਹਾ ਸੀ ਇਹਨੂੰ ਦੇਖ ਕੇ ਤੁਸੀਂ ਆਪ ਵੀ ਦੇਖ ਹੀ ਸਕਦੇ ਹੋ ਠੀਕ ਹੈ ਇੱਦਾਂ ਲੱਗ ਰਿਹਾ ਜਦੋਂ ਆਪਾਂ ਰੂਹ ਡਿੱਗ ਰਿਹਾ ਹੁੰਦਾ ਅਤੇ ਫਿਰ ਆਪਾਂ ਆਪਣੇ ਘਰਾਂ ਨੂੰ ਬਾਅਦ 'ਤੇ ਚੱਲੇ ਅਤੇ ਇਹ ਸੀ ਪਹਿਲਾ ਦਿਨ ਮਤਲਬ ਪ੍ਰੋਪਰਲੀ ਇਸ ਤੋਂ ਬਾਅਦ ਆਪਾਂ ਸੁੱਤੇ ਰਹੇ ਸਾਰਾ ਦਿਨ ਜਿੰਨਾ ਸਾਡੇ ਕੋਲ ਬਚਿਆ ਰਾਈਟ ਲਓ ਜੀ ਡੇ ਸੈਕਿੰਡ ਇਨ ਵੈਂਕੂਵਰ ਸਰੀ ਤਿਆਰ ਹੋ ਗਏ ਹਾਂ ਸੋ ਲਓ ਜੀ ਬ੍ਰੇਕਫਾਸਟ ਕਰਨ ਪਹੁੰਚ ਗਿਆ ਸੀ ਚਾਟ ਹਾਊਸ ਵੈਂਕੂਵਰ ਵਾਲਿਆਂ ਦਾ ਪਤਾ ਹੀ ਹੋਣਾ ਬਾਹਲਾ ਜ਼ਿਆਦਾ ਅੱਤ ਫੂਡ ਮਿਲਦਾ ਇੱਥੇ ਅਤੇ ਗੋਲ ਗੱਪੇ ਮੰਗਵਾਏ ਸੀਗੇ ਰਾਈਟ ਅਮਨ ਉੱਥੇ ਦੀ ਪੜ ਗਿਆ ਅਮਨ ਆ ਚੱਕ 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 ਪਤਾ ਨਹੀਂ ਚਾਟ ਹਾਊਸ ਵਾਲਿਆਂ ਨੇ ਕੀ ਖਿਲਾਤਾ ਭਰਾਵਾ ਮੈਨੂੰ ਤਾਂ ਐਂ ਨਾ ਨੀਂਦ ਚੜੀ ਹੋਈ ਆ ਪੂਰੀ ਜਾ ਗੱਡੀ 'ਚ ਜਾ ਕੇ ਸੌਣਾ ਨਾਲ ਫਿਰ ਖਵਾਲੀ ਕਰ ਸਕਣਾ ਦੇ ਦਿਓ ਮਸਤ ਜੋਕ ਮਾਰਾ ਯਾ ਹੱਸ ਰਿਹਾ ਹਲਕਟ ਹੱਸ ਉਹ ਖਾ ਪੀ ਕੇ ਆਪਾਂ ਸੈਰ ਸਪਾਟਾ ਜਿਹਾ ਕਰਨ ਆ ਗਏ ਹਾਂ ਬਾਹਰ ਅਤੇ ਤੁਸੀਂ ਆਹ ਵਿਊ ਦੇਖ ਹੀ ਸਕਦੇ ਹੋ ਵਿਊ ਬਾਹਲੇ ਸਿਰਾ ਸੀਗੇ ਇਹ ਜਿਹੜਾ ਬ੍ਰਿਜ ਆ ਬਾਹਲਾ ਮੇਨ ਬ੍ਰਿਜ ਆ ਬਾਤੇ ਲੋਕਾਂ ਨੇ ਤਾਂ ਦੇਖਿਆ ਹੋਣਾ ਵੈਂਕੂਵਰ ਦੇ ਵਿੱਚ ਆਹ ਦੇਖ ਲਓ ਜੀ ਇਹ ਬ੍ਰਿਜ ਠੀਕ ਹੈ ਇੱਕ ਨਵਾਂ ਬਣਿਆ ਇੱਕ ਪੁਰਾਣਾ ਬ੍ਰਿਜ ਜਿਹੜਾ ਉਹ ਕਹਿੰਦੇ ਕਾਫੀ ਪੁਰਾਣਾ ਉਹ 'ਚ ਘਟਾਉਣਾ ਆ ਅਤੇ ਅੱਗੇ ਵਾਲੀ ਮਸਤੀ ਤੁਹਾਨੂੰ ਦਿਖਾਉਂਦੇ ਹਾਂ ਫਿਰ ਆਇਓ ਚੱਲੀਏ ਫਿਰ ਹਮਕੋ ਨਾ ਸਮਝਾਨਾ ਰੇ ਟੁਪੀ ਟੁਪੀ ਟਪ ਟਪ
ਸਾਰੇ ਜਿਹੜੇ ਲੱਗੇ ਹੋਏ ਨੇ ਮੈਚ ਸਾਡੇ ਕੋਲ ਤੇ ਪੂਰੇ ਗੱਲਬਾਤ ਇੱਧਰ ਪਾਉਣ ਲੱਗੇ ਇੱਧਰ ਮਾਰਨ ਲੱਗਾ ਇਹਦੀ ਮੈਨੂੰ ਲੱਗਦਾ ਬਾਹਰ ਹੀ ਜਾਊਗੀ ਮੈਨੂੰ ਪਤਾ ਹੀ ਸੀ ਇਹਦੀ ਪਰਫਾਰਮੈਂਸ ਮੈਨੂੰ ਇਹਦੀ ਵੀ ਪਤਾ ਇਹਦੀ ਵੀ ਬਾਹਰ ਜਾਊਗੀ ਮੈਨੂੰ ਪਤਾ ਹੈ ਇਹ ਨਾਈਸ ਨਾਈਸ ਦੈਟਸ ਗੁੱਡ ਵਨ ਆਹ ਸਾਰੀਆਂ ਅਗਲੇ ਦਿਨ ਦੀਆਂ ਗੇਮਾਂ ਗੁੰਮਾਈਆਂ ਖੇਡ ਕੇ ਅਤੇ ਅਸੀਂ ਥੱਕ ਹਾਰ ਕੇ ਫੈਮਿਲੀ ਡਿਨਰ ਕਰਨਾ ਸੀ ਸਾਰਿਆਂ ਨੇ ਇਕੱਠਿਆਂ ਨੇ ਅਤੇ ਜੋ ਵੀ ਅਸੀਂ ਜਾ ਕੇ ਡੋਸਿਆਂ ਦੀ ਰੇਲ ਬਣਾਈ ਆ ਨਾ ਦੇਖੀ ਜਾਓ ਫਿਰ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ।